ਅੱਜ ਇੱਕ ਵਾਰੀ ਫਿਰ ਲਾਈਵ ਹੋਇਆ ਤੁਹਾਡੇ ਚਰਨਾਂ ਵਿੱਚ, ਗੁਰੂ ਰੂਪੀ ਸਾਧਸੰਗ ਦੀ ਕਚਹਿਰੀ ਚ। ਤਾਂ ਸਾਧਸੰਗ ਜੀ, ਪਹਿਲਾਂ ਮਾਫ਼ੀ ਚਾਹੁੰਦੇ ਹਾਂ, ਬਹੁਤ ਲੇਟ ਹੋ ਗਏ, ਕੁਛ ਤਾਂ ਨੈੱਟਵਰਕ ਨੇ ਸਾਥ ਨਹੀਂ ਦਿੱਤਾ, ਕੁਝ ਵਿੱਚ ਅਚਾਨਕ ਆਪਣੇ ਦਰਬਾਰ ਤੋਂ ਸੇਵਾ ਆ ਗਈ ਸੀ ਇੱਕ ਦੋ, ਉਹਦੇ ਕਰਕੇ ਬਿਜ਼ੀ ਹੋ ਗਏ। ਤਾਂ ਬਸ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਆਪਣੇ ਪ੍ਰੇਮੀ ਨੂੰ ਇਨਵਾਈਟ ਕਰ ਦਿਓ ਤਾਂ ਕਿ ਆਪਣੇ ਨਾਲ ਪ੍ਰੇਮੀ ਦੁਬਾਰਾ ਜੁੜ ਸਕਣ, ਮੈਸੇਜ ਪਹੁੰਚੇ ਉਹਨਾਂ ਕੋਲੇ। ਤਾਂ ਜੋ ਅੱਜ ਦਾ ਸ਼ਬਦ ਆ ਸਟਾਰਟ ਕਰਨ ਲੱਗਿਆ, ਜਿੱਥੋਂ ਅੱਜ ਦੋ ਸ਼ਬਦ ਲੈ ਕੇ ਆਇਆ ਤੁਹਾਡੇ ਚਰਨਾਂ ਵਿੱਚ। ਸਭ ਤੋਂ ਪਹਿਲਾਂ ਤਾਂ ਸਾਧਸੰਗ ਜੀ, ਤੁਹਾਨੂੰ ਪਤਾ ਵੀ ਜੋ ਐਤਵਾਰ ਲੱਗਿਆ ਸੰਡੇ, ਦੋ ਤਿੰਨ ਦਿਨ ਹੋ ਗਏ, ਤਾਂ ਸਤਿਗੁਰ ਦੀ ਇੰਨੀ ਰਹਿਮਤ ਦੇਖੀ, ਬਹੁਤ ਇਕੱਠ ਸੀ ਸਾਧਸੰਗ ਦਾ, 10-12 ਲੱਖ ਸਾਧਸੰਗ ਤੋਂ ਉੱਪਰ ਸੀ, ਹਜ਼ੂਰ ਪਿਤਾ ਜੀ ਦੀ ਰਹਿਮਤ ਆ। ਤਾਂ ਐ ਲੱਗਿਆ ਜਿਵੇਂ ਹਜ਼ੂਰ ਪਿਤਾ ਜੀ ਡੇਰੇ ਆ ਚੁੱਕੇ ਨੇ ਸਾਧਸੰਗ ਦਾ ਇਕੱਠ ਦੇਖ ਕੇ। ਤਾਂ ਜਿਹੜੇ ਕਹਿੰਦੇ ਸੀ ਡੇਰੇ ਦੇ ਪ੍ਰੇਮੀ ਡੋਲ ਗਏ, ਸਾਧਸੰਗ ਤਾਂ ਬਹੁਤ ਘੱਟ ਜਾ ਰਹੀ ਆ, ਉਹਨਾਂ ਨੂੰ ਮੂੰਹ ਤੋੜ ਜਵਾਬ ਮਿਲਿਆ। ਜਿਵੇਂ ਆਪਾਂ ਕਹਿ ਦਈਏ ਇੱਕ ਹਿੱਕ ਚ ਵੱਜਣ ਵਾਲੀ ਗੱਲ ਹੁੰਦੀ ਆ ਵੀ ਕੋਈ ਗੱਲ ਸੀਨੇ ਤੇ ਲੱਗਦੀ ਆ, ਰੜਕਦੀ ਆ, ਉਹੀ ਸੀ ਜ਼ਖਮ ਤੇ ਨੂੰ ਛਿੜਕਣ ਵਾਲਾ ਕੰਮ ਕਰਤਾ ਸਾਧਸੰਗ ਨੇ। ਤਾਂ ਤੁਹਾਡਾ ਇਕੱਠ ਦੇਖ ਕੇ ਉੱਥੇ ਹਜ਼ੂਰ ਪਿਤਾ ਜੀ ਨੇ ਜੋ ਖਿਆਲ ਦਿੱਤਾ, ਤਾਂ ਅਕਬਾਲ ਹੈਰੀ ਦੀ ਟੀਮ ਸਾਰੀ ਤੁਹਾਡੇ ਚਰਨਾਂ ਚ ਸ਼ਬਦ ਪੇਸ਼ ਕਰਨ ਲੱਗੀ ਆ। ਤੁਹਾਡੇ ਤੋਂ ਆਗਿਆ ਚਾਹੁੰਦੇ ਆ, ਸਤਿਗੁਰ ਤੋਂ ਆਗਿਆ ਚਾਹੁੰਦੇ ਆ, ਲੇਟ ਲਈ ਮਾਫ਼ੀ ਚਾਹੁੰਦੇ ਆ, ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪ੍ਰੇਮੀਆਂ ਨੂੰ, ਇਨਵਾਈਟ ਕਰ ਦਿਓ ਤਾਂ ਕਿ ਆਪਣੇ ਆਪ ਦੁਬਾਰਾ ਜੁੜ ਸਕਣ, ਕਿਉਂਕਿ ਦਿੱਤੇ ਟਾਈਮ ਤੋਂ ਲੇਟ ਹੋ ਗਏ। ਜੋ ਹਜ਼ੂਰ ਪਿਤਾ ਜੀ ਨੇ ਖਿਆਲ ਦਿੱਤਾ ਮੇਰੇ ਤੋਂ ਲਿਖਵਾਇਆ, ਹੈਰੀਅਨ ਸਾਹਿਬ ਤੋਂ ਤੁਹਾਡੀ ਕਚਹਿਰੀ ਚ ਪੇਸ਼ ਕਰਨ ਲੱਗਿਆ, ਤਾਂ ਸਾਨੂੰ ਦੋ ਆ ਗਿਆ ਜੀ। ਧੰਨ ਧੰਨ ਸਤਿਗੁਰੂ, ਧੰਨ ਧੰਨ ਸਤਿਗੁਰੂ ਤੇਰੇ ਆਸਰਾ। ਉਹ ਮੇਰੇ ਗੇਟ ਮੂਰੇ ਖੜ ਪਾਉਂਦੇ ਪੂਰੇ ਗਾਣੇ, ਓਏ ਹਰ ਵਾਰ ਆਉਂਦੇ ਪ੍ਰੇਮੀ ਸਿਰਾ ਕਰਵਾਣੇ, ਉਹ ਮੇਰੇ ਗੇਟ ਮੂਰੇ ਖੜ ਪਾਉਂਦੇ ਪੂਰੇ ਗਾਣੇ, ਹਰ ਵਾਰ ਆਉਂਦੇ ਪ੍ਰੇਮੀ ਸਿਰਾ ਕਰਵਾਣੇ। ਡੇਰੇ ਨਾਲੋਂ ਡੇਰੇ ਨਾਲ ਟੁੱਟੀ ਨਹੀਂ ਉਹ ਲੈ ਕੇ ਰੰਗਾਂ ਦੀ, ਉਹ ਡੇਰੇ ਨਾਲੋਂ ਡੇਰੇ ਨਾਲ ਟੁੱਟੀ ਨਹੀਂ ਉਹ।
ਤੇਰਾ ਹੀ ਆਸਰਾ ਸਾਸੰਗ ਸੀ ਇਹ ਸੀ ਸ਼ਬਦ ਜਲਾ ਡੇਰੇ ਨਾਲ ਟੁੱਟੀ ਨਹੀਂ ਸੀ ਲੈਣ ਵਾਲ ਟਰੱਕਾਂ ਦੀ ਕਿਉਂਕਿ ਉਹੀ ਯਾਦਾਂ ਤਾਜ਼ਾ ਕਰਦੀਆਂ ਦਸ ਬਾਰਾਂ ਲੱਖ ਸਾਸੰਗ ਤੋਂ ਪਹੁੰਚੀ ਹੋਈ ਸੀ ਤਾਂ ਟਰੱਕਾਂ ਦੇ ਟਰੱਕ ਬੱਸਾਂ ਦੇ ਬੱਸਾਂ ਉਵੇਂ ਜਾ ਰਹੀਆਂ ਸੀ ਜੋ ਹੀ ਹੁਣ ਪਿਤਾ ਜੀ ਨੇ ਖਿਆਲ ਦਿੱਤਾ ਸੀ ਉੱਥੇ ਲਿਖਵਾਇਆ ਸ਼ਬਦ ਸੋਚਿਆ ਕਿ ਸਾਸੰਗ ਨਾਲ ਲਾਈਵ ਕਰਾਂਗੇ ਕਿਉਂਕਿ ਸਾਸੰਗ ਜੀ ਆਪਣਾ ਸਤਿਗੁਰ ਪੂਰਾ ਜਾਗੀ ਇਤਿਹਾਸ ਬਣਨ ਵਾਲਾ ਜਿਵੇਂ ਇੱਕ ਸਿਆਣੇ ਵੀ ਕਹਿੰਦੇ ਹੁੰਦੇ ਨੇ ਇੱਕ ਕਹਾਵਤਾ ਕਹਿੰਦੇ ਹਨੇਰੀ ਪਿੱਛੋਂ ਆਉਂਦਾ ਹੁੰਦਾ ਮੀਂਹ ਜੀ ਹੁਣ ਹਨੇਰੀ ਪੂਰੀ ਚੱਲ ਰਹੀ ਆ ਸੱਚੇ ਸੌਦੇ ਦੀ ਮੀਂਹ ਆਉਣ ਦੀ ਤਿਆਰੀ ਆ ਪਿਤਾ ਜੀ ਨੇ ਇਤਿਹਾਸ ਰਚ ਕੇ ਆਉਣਾ ਤਿਆਰੀ ਆ ਰੱਖੋ ਤਾਂ ਜੋ ਅਗਲਾ ਸ਼ਬਦ ਕਰਨ ਲੱਗਿਆ ਸਾਸੰਗ ਜੀ ਉਹ ਹੈਗਾ ਅਰੋਤਕ ਦਾ ਇਤਿਹਾਸ ਕਿਉਂਕਿ ਆਪਾਂ ਇਤਿਹਾਸ ਤੇ ਨਿਗਾਹ ਮਾਰ ਕੇ ਦੇਖੀਏ ਜਿਸੇ ਵੀ ਗੁਰੂ ਨੇ ਇਤਿਹਾਸ ਬਣਾਇਆ ਦੁੱਖ ਮੁਸੀਬਤਾਂ ਸੰਕਟ ਧਰਮ ਤੇ ਆਉਂਦੇ ਨੇ ਤਾਂ ਅੱਜ ਆਪਣੇ ਸੱਚੇ ਸੌਦੇ ਨੇ ਮਿਸ਼ਨ ਵਾਲਾ ਕੰਮ ਚਲਾ ਰੱਖਿਆ ਹੋਇਆ ਪਿਤਾ ਜੀ ਨੇ ਜਲਦੀ ਇਤਿਹਾਸ ਰਚ ਕੇ ਆਉਣਗੇ ਕਿਉਂਕਿ ਅੱਜ ਕਈ ਥਾਵਾਂ ਨੂੰ ਆਪਾਂ ਪਵਿੱਤਰ ਮੰਨਦੇ ਹਾਂ ਆਪਾਂ ਘੁੰਮਣ ਜਾਂਦੇ ਹਾਂ ਵੀ ਚੱਲ ਯਾਰ ਉਹ ਪਵਿੱਤਰ ਜਗ੍ਹਾ ਦੇ ਦਰਸ਼ਨ ਕਰਕੇ ਆਈਏ ਤਾਂ ਸਾਸੰਗ ਜੀ ਜਦੋਂ ਆਪਣਾ ਇਤਿਹਾਸ ਬਣ ਗਿਆ ਕਿਉਂਕਿ ਆਪਾਂ ਨੂੰ ਪਤਾ ਆਪਣਾ ਸਤਿਗੁਰ ਪੂਰਾ ਜੋ ਬੰਦਾ ਸਮਝਦਾ ਸਮਝੀ ਜਾਵੇ ਸੱਚੇ ਸੌਦੇ ਨਾਲ ਖੜੇ ਹਾਂ ਖੜੇ ਅਸੀਂ ਖੜੇ ਰਹਿਵਾਂਗੇ ਕਿਉਂਕਿ ਜਦੋਂ ਪਿਤਾ ਜੀ ਨੇ ਇਤਿਹਾਸ ਰਚਤਾ ਤਾਂ ਜੰਮਦੇ ਜਵਾਕ ਵੀ ਇਹੋ ਗੱਲ ਕਿਹਾ ਕਰਨਗੇ ਵੀ ਅਸੀਂ ਸੱਚੇ ਸੌਦੇ ਦੇ ਦਰਸ਼ਨ ਕਰਨੇ ਨੇ ਕਿਉਂਕਿ ਜਦੋਂ ਇਤਿਹਾਸ ਬਣ ਗਿਆ ਤਾਂ ਸਾਰੀ ਦੁਨੀਆ ਘੁੰਮਣ ਜਾਇਆ ਗੁਰੂ ਸੱਚੇ ਸੌਦੇ ਨੂੰ ਉਹ ਵੀ ਸਰਕਾਰੀ ਛੁੱਟੀਆਂ ਚੱਲੀਆਂ ਨੇ ਸੱਚੇ ਸੌਦੇ ਦੇ ਨਾਮ ਤੇ ਵੱਖਰੇ ਤਿਉਹਾਰ ਚੱਲਣੇ ਨੇ ਤਾਂ ਆਉਣ ਵਾਲੇ ਸਮੇਂ ਦੀ ਗੱਲ ਕਰਨ ਲੱਗਿਆ ਜਦੋਂ ਪਿਤਾ ਜੀ ਇਤਿਹਾਸ ਰਚ ਕੇ ਆ ਗਏ ਤਾਂ ਜੰਮਦੇ ਜਵਾਕ ਵੀ ਕੀ ਗੱਲਾਂ ਕਰਨਗੇ ਤੁਹਾਡੇ ਸਾਹਮਣੇ ਲੈ ਕੇ ਆ ਮੈਨੂੰ ਪਿਤਾ ਜੀ ਨੇ ਖਿਆਲ ਦਿੱਤਾ ਮੇਰੇ ਤੋਂ ਹਰੀਕਸਾ ਤੋਂ ਲਿਖਵਾਇਆ ਤੁਹਾਡੇ ਚਰਨਾਂ ਚ ਪੇਸ਼ ਕਰਨ ਲੱਗਿਆ ਤਾਂ ਸਾਸੰਗ ਜੀ ਇਹ ਗੱਲ ਸੱਚਾਈ ਵੀ ਆ ਆਪਾਂ ਕਿਸੇ ਆਮ ਬੰਦੇ ਨਾਲ ਨਹੀਂ ਲਾਈ ਕੁਦਰ ਮਾਲਕ ਨਾਲ ਲਾਈ ਆ ਜਲਦੀ ਇਤਿਹਾਸ ਬਣਨ ਵਾਲਾ ਦੁਨੀਆ ਦੇਖੂ ਜਦੋਂ ਇਤਿਹਾਸ ਬਣ ਗਿਆ ਤਾਂ ਸੱਚੇ ਸੌਦੇ ਮੇਲੇ ਭਰਿਆ ਕਰਨਗੇ ਤਾਂ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੀ ਗੱਲ ਕਰਨ ਲੱਗਿਆ ਧੰਨ ਧੰਨ ਸਤਿਗੁਰੂ ਤੇਰਾ ਧੰਨ ਧੰਨ ਸਤਿਗੁਰੂ ਪਰ ਮੇਲੇ ਐਮ ਐਸ ਜੀ ਦੇ ਨਾਲ
ਸਤਸੰਗ ਕੀ ਇਹ ਸੀ ਅੱਜ ਵਾਲਾ ਸ਼ਬਦ ਪਹਿਲਾਂ ਵੀ ਸਤਸੰਗ ਦਾ ਪੂਰਾ ਇਕੱਠ ਸੀ ਲਾਈਨ ਹੀ ਟੁੱਟੀ ਟਰੱਕਾਂ ਬੱਸਾਂ ਦੀ ਨਿੰਦਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਰੋਹਤਕ ਦਾ ਇਤਿਹਾਸ ਬਣ ਗਿਆ ਤਾਂ ਯਾਦਗਿਰੀ ਮੇਲੇ ਭਰਿਆ ਕਰਨਗੇ ਸਾਨੂੰ ਅੱਜ ਸਾਡੀ ਗੱਲ ਨੋਟ ਰੱਖਿਓ ਵੀ ਇਕਬਾਲ ਹੈਰੀ ਦੀ ਟੀਮ ਨੇ ਲਾਈਵ ਹੋ ਕੇ ਗੱਲ ਕਹੀ ਸੀ ਸਾਡੀ ਗੱਲ ਨੋਟ ਕਰ ਲਿਓ ਕਿਉਂਕਿ ਜੋ ਹਜ਼ੂਰ ਪਿਤਾ ਜੀ ਨੇ ਖਿਆਲ ਦਿੱਤਾ ਕਿਸੇ ਦੀ ਔਕਾਤ